इंडिया में स्वागत है। आप सभी जानते हैं कि भारत ही नहीं बल्कि विश्व भर में गायों को लंपी स्किन और वायरल बीमारियां लग रही हैं और इस वजह से बहुत सी गायें मर रही हैं। पिछले दिनों फतेहगढ़ चूड़िया की गौशाला में सिलसिलेवार गायों की मृत्यु हो रही है और मरी हुई गायों को दफनाने की जगह ना मिलने के कारण परेशानी हो रही थी। डीसी गुरदासपुर के दिशा निर्देश पर एसडीएम फतेहगढ़ चूड़िया ने लोगों से बातचीत कर स्टेडियम के पास पड़ी खाली जमीन में मरी हुई गायों को दफनाने के लिए कहा, लेकिन इस मामले में नया मोड़ तब आया जब छप्पड़ नजदीक होने के कारण गायों को दफनाने के लिए 6 फुट गड्ढा खोदने पर जमीन से पानी आ गया और गायों को ऊपरी सतह पर ही दफना दिया गया। अब आलम यह है कि दफनाई हुई गायों को गड्ढे को आवारा कुत्तों ने खोद दिया और आसपास के रहने वाले लोगों को सड़न और दुर्गंध के कारण परेशानी हो रही है। यह ऊपरी सतह पर दफनाई गई गायों जिन्हें आवारा कुत्तों ने खोद कर नंगा कर दिया है वह बीमारियों को न्योता दे रही है। आखिरकार तंग आए हुए इलाका निवासियों ने नगर काउंसिल के खिलाफ धरना लगाया। फतेहगढ़ चूड़िया से शमशेर सिंह के साथ सूरज मसीह की रिपोर्ट। ਸਾਰਿਆਂ ਨੂੰ ਬੇਨਤੀ ਆ ਕਿ ਬਹੁਤ ਜ਼ਿਆਦਾ ਇੱਥੇ ਗੰਦਗੀ ਫੈਲਾ ਰਹੇ ਨੇ ਮੰਦਰ ਵਾਲੇ ਅਤੇ ਬਹੁਤ ਜ਼ਿਆਦਾ ਦੇਖੋ ਕੋਈ ਗਾਈਆਂ ਜੇ ਲਿਆਉਂਦੇ ਆ ਤਾਂ ਕੋਈ ਵੀ ਉਹ ਟੋਇਆ ਉਹੋ ਜਿਹਾ ਪੁੱਟਦੇ ਨਹੀਂ, ਕੋਈ ਗੱਲ ਨਹੀਂ, ਕੋਈ ਬਾਤ ਨਹੀਂ। ਕੁੱਤੇ ਬਹੁਤ ਜ਼ਿਆਦਾ ਹੋ ਗਏ, ਜੋ ਬੱਚਿਆਂ ਦੇ ਸਕੂਲ ਜਾਣ ਵਾਲੇ ਵੀ ਔਖੇ ਬੱਚੇ ਨੇ ਹੋਏ ਜਿਹੜੇ ਫਤਿਹਗੜ੍ਹ ਚੂੜੀਆਂ ਜਿਹੜੀ ਆ ਇਹ ਆਪਣਾ ਪ੍ਰਧਾਨ ਹੋਣੀ ਇਹ ਦੁਬਾਰੇ ਨੇ ਅਤੇ ਇਸ ਕਰਕੇ ਮਿਹਰਬਾਨੀ ਕਰਕੇ ਜਿਹੜਾ ਕੰਮ ਬੰਦ ਹੋਣਾ ਚਾਹੀਦਾ ਵਾ। ਮੇਰੀ ਪ੍ਰਸ਼ਾਸਨ ਨੂੰ ਅਪੀਲ ਆ ਵੀ ਇਹ ਕੰਮ ਬੰਦ ਹੋ ਜਾਵੇ, ਇਹਨਾਂ ਦੇ ਬਦਬੂ ਬਹੁਤ ਪੈ ਚੱਲੀ ਹੈ, ਬੱਚੇ ਬਿਮਾਰ ਹੋ ਰਹੇ ਨੇ, ਬਹੁਤ ਮੁਸ਼ਕਲ ਆ। ਸਾਰੀ ਪਬਲਿਕ ਜਿਹੜੀ ਆ ਇੱਥੋਂ ਦੀ 6 ਵਾਰਡ 7 ਵਾਰਡ ਬਹੁਤ ਜ਼ਿਆਦਾ ਔਖੀ ਆ, ਅਤੇ ਇਸ ਕਰਕੇ ਮਿਹਰਬਾਨੀ ਕਰਕੇ ਬੰਦ ਹੋਣਾ ਚਾਹੀਦਾ। ਹਾਂਜੀ, ਪਹਿਲਾਂ ਤਾਂ ਸਾਰਿਆਂ ਨੂੰ ਸਤਿ ਸ਼੍ਰੀ ਅਕਾਲ। ਅਸੀਂ ਵਾਰਡ ਨੰਬਰ 6 ਸ਼ਹਿਰੀ ਮਹੱਲੇ ਤੋਂ ਹਾਂ, ਜੋ ਕਿ ਆ ਪਿਛਲੇ ਕੁਛ ਦਿਨਾਂ ਤੋਂ ਤੁਸੀਂ ਦੇਖ ਰਹੇ ਹੋ ਵੀ ਗਊਸ਼ਾਲਾ ਦੇ ਵਿੱਚ ਲਿਪੀ ਬਿਮਾਰੀ ਨਾਲ ਕਿੰਨੀਆਂ ਗਾਵਾਂ ਮਰ ਰਹੀਆਂ ਨੇ, ਅਤੇ ਪ੍ਰਸ਼ਾਸਨ ਉਹਨਾਂ ਨੂੰ ਲਿਆ ਕੇ ਦੇਖੋ ਜੀ ਆਹ ਸਾਡੇ ਲਾਗੇ ਛੱਪੜ ਆ, ਇੱਥੇ ਆ ਕੇ ਦਫਨਾ ਰਹੇ ਆ, ਘਰਾਂ ਦੇ ਲਾਗੇ ਬਿਲਕੁਲ ਲਾਗੇ ਆ ਜੀ। ਹੁਣ ਉੱਥੇ ਜਿੱਦਾਂ ਦੀਆਂ ਗਾਵਾਂ ਦਫਨਾ ਰਹੇ ਆ, ਉਹ ਗਾਵਾਂ ਦੀ ਸਮੈਲ ਜਿਹੜੀ ਬਦਬੂ ਆ ਬਹੁਤ ਜ਼ਿਆਦਾ ਆ ਰਹੀ ਆ, ਸਾਡਾ ਘਰਾਂ ਵਿੱਚ ਬੈਠਣਾ ਬਹੁਤ ਜ਼ਿਆਦਾ ਮੁਸ਼ਕਲ ਹੋ ਰਿਹਾ ਹੈ। ਅਤੇ ਅਸੀਂ ਪ੍ਰਸ਼ਾਸਨ ਨੂੰ ਇਸੇ ਕਰਕੇ ਮੰਗ ਰੱਖੀ ਆ ਵੀ ਇੱਥੇ ਜਿਹੜੀਆਂ ਗਾਵਾਂ ਦਫਨਾਉਣੀਆਂ ਬੰਦ ਕੀਤੀਆਂ ਜਾਣ, ਜਿਹੜੀਆਂ ਮਰੀਆਂ ਗਾਵਾਂ ਨੇ ਉਹਨਾਂ ਨੂੰ ਕਮ ਸੇ ਕਮ ਸ਼ਹਿਰੋਂ ਬਾਹਰ ਕਿਤੇ 2-3 ਕਿਲੋਮੀਟਰ ਅਲੱਗ ਸਾਈਡ 'ਤੇ ਜਾ ਕੇ ਦਫਨਾਇਆ ਜਾਏ, ਜਿੱਥੇ ਲੋਕਾਂ ਨੂੰ ਪਰੇਸ਼ਾਨੀ ਨਾ ਹੋਵੇ। ਤੁਸੀਂ ਆਪ ਜਾ ਕੇ ਦੇਖ ਸਕਦੇ ਹੋ। ਤੁਸੀਂ ਗੱਲ ਕੀਤੀ ਪ੍ਰਸ਼ਾਸਨ ਨਾਲ ਇਸ ਸੰਬੰਧ? ਪ੍ਰਸ਼ਾਸਨ ਦੇਖੋ ਜੀ, ਬਾਠ ਸਾਹਿਬ ਅਜੇ ਤੱਕ ਪ੍ਰਸ਼ਾਸਨ ਸਾਡੇ ਕੋਲ ਉਹਨਾਂ ਆਪ ਨਹੀਂ ਗੱਲ ਕੀਤੀ, ਉਹਨਾਂ ਸਾਨੂੰ ਦੱਸਿਆ ਨਹੀਂ, ਉਹ ਆਣ ਕੇ ਇੱਥੇ ਦਫਨਾ ਕੇ ਚੱਲ ਜਾਂਦੇ ਆ। ਤੁਹਾਨੂੰ ਤੰਗੀ ਆ ਰਹੀ, ਤੁਸੀਂ ਕੋਈ ਲਿਖਤੀ ਪ੍ਰੈਸ ਨੋਟ ਜਾਂ ਲਿਖਤੀ ਚਿੱਠੀ? ਨਹੀਂ ਜੀ, ਅਜੇ ਕੋਈ ਨਹੀਂ ਦਿੱਤੀ ਅਸੀਂ। ਅਸੀਂ ਪ੍ਰਸ਼ਾਸਨ ਨੂੰ ਕਿਸ ਤਰ੍ਹਾਂ ਪਤਾ ਲੱਗੇਗਾ ਵੀ ਤੁਸੀਂ ਪਰੇਸ਼ਾਨ? ਪ੍ਰਸ਼ਾਸਨ ਨੂੰ ਅਸੀਂ ਚਿੱਠੀ ਲਿਖਤੀ ਆ, ਅੱਜ ਪਹੁੰਚਾ ਦੇਣੀ ਅਸੀਂ, ਅਤੇ ਉਹ ਛੁੱਟੀ ਦੇ ਕਰਕੇ ਹੁਣ ਅਸੀਂ ਸੋਮਵਾਰ ਉਹਨਾਂ ਨੂੰ ਮੰਗ ਪੱਤਰ ਸੌਂਪਿਆ ਜਾਵੇਗਾ, ਈਓ ਸਾਹਿਬ ਨੂੰ, ਐਸਡੀਐਮ ਸਾਹਿਬ ਨੂੰ, ਅਤੇ ਬਕਾਇਦਾ ਰਜਿਸਟਰੀ ਜਿਹੜੀ ਡੀਸੀ ਸਾਹਿਬ ਨੂੰ ਪੋਸਟ ਕੀਤੀ ਜਾਵੇਗੀ। ਸਾਡੇ ਲਾਗੇ ਗਾਈਆਂ ਨੱਪਣ ਦਾ ਕੰਮ ਕਰ ਰਹੇ ਨੇ, ਬਹੁਤ ਗਲਤ ਕੰਮ ਆ ਇਹ, ਇਹ ਤੋਂ ਬਹੁਤ ਜ਼ਿਆਦਾ ਬਿਮਾਰੀ ਫੈਲੂਗੀ। ਅਤੇ ਇਹਨਾਂ ਨੂੰ ਚਾਹੀਦਾ ਕੋਈ 2-3 ਕਿਲੋਮੀਟਰ ਜਿੱਥੇ ਇਹਨਾਂ ਨੂੰ ਪੰਚਾਇਤ ਦੀ ਜ਼ਮੀਨ ਮਿਲੀ ਜਿੱਥੇ ਕੂੜਾ ਸੁੱਟਦੇ ਆ ਨਾ, ਉੱਥੇ ਜਾ ਕੇ ਅਤੇ ਇਹ ਨੱਪ ਸਕਦੇ ਨੇ। ਉਹ 5-7 ਕਿੱਲੇ ਪੈਲੀ ਆ ਉੱਧਰ, ਥੋੜ੍ਹੀ ਹਟਵੀਂ ਆ, ਕੋਈ ਲਾਗੇ ਪਿੰਡ ਨਹੀਂ ਗਾ, ਉੱਥੇ ਜਾ ਕੇ ਕਮੇਟੀ ਘਰ ਵਾਲੇ ਕਰ ਸਕਦੇ ਨੇ। ਇੱਥੇ ਸਾਡੇ ਲਾਗੇ ਤਾਂ ਬਿਲਕੁਲ ਘਰਾਂ ਦੇ ਵਿੱਚ ਆਣ ਕੇ ਨੱਪਣ ਡੇ ਨੇ, ਇਹ ਗਲਤ ਕੰਮ ਆ। ਇਹ ਕੀ ਕਰਦੇ ਹਾਂ ਵੀ
वाहगुरु जी का खालसा वाहगुरु जी की फतेह। जो गऊशाला च गाइया की डैथ हो रही आ कुदरती रोग है चलो पर ये जिदन वो शुरू उन्होंने किया उदन भी डकिया महल ने पर उन्होंने मतलब कोई गल नहीं की पुलिस में लिया के जबरदस्ती इतने दबा रहे ने इस हूँ उन्होंने गोडे वगैरह उन्नी मिट्टी भी नहीं पा रहे नंगे हुए सी बच्चों ने आप जाके उत्ते मिट्टी पाई आ ते साड़ी बेनती आ कि इतने गाइया ना दबाउन के महल के बहुत बदबू आ रही आ बच्चों भी बीमारी लगन का खतरा वा मक्खी मच्छर उत्ते जो भी है मुत्र बहिंदा वा तो वह तुम पता भी अजकल बीमारियों का बहुत खतरा वा तो फिर वह गाइया जेसीबी तो नंगिया ले आते हैं कोई तप्पड़ नहीं पाते कोई ढकते नहीं गए तो उन्होंने आप चाहिए वा भी जे दबाते भी सी तो डूंगे टोवे कड़ते थोड़ा बहुत जहाँ मिट्टी पाते हैं तो चले जाते हैं तो असी महला बहुत परेशान है साढ़े बच्चे इतने खेडते हैं वेखो मतलब महला वसदा वा जहाँ तो वेली जगह होवे तो कोई गल नहीं चलो दबाउनिया ने कितने भी दबाउनिया ने पर यह इतने नहीं मतलब सही चार सवेरे बच्चे खेडते हैं साढ़े तो सू बहुत परेशानी आ रात इतने बहना भी बड़ा औखा वा बाहर निकलना भी बड़ा औखा हो गया इन्नी बदबू आँदी आ इन्ना कुत्ता वा इतने कुत्ते ने तो हड्डो रोड़ा बना लिया फोलते ने कुत्ते असी दड़ाते रेंगे हाँ तो साड़ी हाथ जोड़ के बेनती आ भी इतने गाइया जड़िया ना दबाइया जान दूर कित वेली जगह तो दबाइया जान। वाहगुरू जी का खालसा वाहगुरू जी।